ਸ਼੍ਰੋਮਣੀ ਅਕਾਲੀ ਦਲ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਸਤੀਫਾ ਦੇ ਦਿੱਤਾ ਹੈ ਔਰ ਢਿੱਲੋਂ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਹਾਂ। ਢਿੱਲੋਂ ਸਾਹਿਬ ਬੜੇ ਦੁਖੀ ਮਨ ਦੇ ਨਾਲ ਤੁਸੀਂ ਤੁਹਾਡੀ ਵੀਡੀਓ ਸੁਣ ਰਿਹਾ ਸੀਗਾ, ਮਨ ਦੁਖੀ ਕਿੰਨਾ ਸੀ ਢਿੱਲੋਂ ਸਾਹਿਬ? ਬਹੁਤ ਦੁਖੀ ਯਾਰ, ਮੈਂ ਤੂੰ ਅੱਜ ਨਾਮ ਲਾਓ ਭਰਾ ਕਰਕੇ ਕਹਿਣਾ, ਅੱਜ ਨਾਮ ਲਾਓ ਯਾਰ, ਮਨ ਬਹੁਤ ਜ਼ਿਆਦਾ ਦੁਖੀ। ਨਹੀਂ ਫਿਰ ਵੀ ਲੋਕ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਡਿੰਪੀ ਢਿੱਲੋਂ ਨੂੰ ਹੋ ਕੀ ਗਿਆ, ਇੰਨੀ ਲੰਬੀ ਤੁਹਾਡਾ ਪਰਿਵਾਰਿਕ ਰਿਸ਼ਤਾ ਰਿਹਾ ਇਸ ਪਰਿਵਾਰ ਦੇ ਨਾਲ। ਉਹ ਹੁਣ ਵੀ ਹੈਗਾ, ਕੋਈ ਐਂ ਤਾਂ ਨਹੀਂ ਵੀ ਕੋਈ ਅਸੀਂ ਕੋਈ ਰਿਸ਼ਤਾ ਤੋੜਤਾ, ਪਰ ਪਾਰਟੀ ਛੱਡਤੀ। ਮੈਂ ਵਿੱਚ ਪਿਸਣਾ ਨਹੀਂ ਚਾਹੁੰਦਾ। ਹਤਾਸ਼ ਬਹੁਤ ਸੀ, ਮੈਂ ਪਹਿਲੀ ਵਾਰ ਡਿੰਪੀ ਨੂੰ ਇੰਨਾ ਹਤਾਸ਼ ਵੇਖਿਆ, ਇਮੋਸ਼ਨਲ ਸੀ। ਔਖਾ ਛੱਡਣਾ, ਮੈਂ ਦਿਲੋਂ ਜੁੜਿਆ ਹੋਇਆ ਸੀ ਜੀ, ਮੈਂ ਪਾਰਟੀ ਨਾਲ ਹੀ ਮੈਂ ਦਿਲੋਂ ਜੁੜਿਆ ਹੋਇਆ ਸੀ, ਦਿਲੋਂ ਜੁੜ ਕੇ ਫਿਰ ਬੰਦੇ ਨੂੰ ਫਰਕ। ਕੁਛ ਕਹਿਣਾ ਚਾਹੁੰਦੇ ਹੋ ਸੁਖਬੀਰ ਸਿੰਘ ਬਾਦਲ ਤੁਹਾਨੂੰ ਸੁਣ ਰਹੇ ਆ, ਕੁਛ ਕਹਿਣਾ ਚਾਹੁੰਦੇ? ਨਹੀਂ, ਮੈਂ ਉਹਨਾਂ ਨੂੰ ਕੁਛ ਨਹੀਂ ਚਾਹੁੰਦਾ, ਜਿਉਂਦੇ ਰਹੋ, ਲੰਮੀਆਂ ਉਮਰਾਂ ਹੋਣ, ਆਪਸ ਵਿੱਚ ਭਰਾ ਭਰਾ ਵਰਤੋ, ਬਸ ਹੋਰ ਕੁਛ ਨਹੀਂ। ਅੱਛਾ, ਵਰਕਰਾਂ ਨੂੰ ਕਦੋਂ ਮਿਲ ਰਹੇ? ਵਰਕਰਾਂ ਦੇ ਫੋਨ ਬੜੇ ਆ ਰਹੇ ਨੇ, ਪਿੰਡਾਂ 'ਚ ਵਰਕਰ ਇਕੱਠੇ ਹੋ ਰਹੇ ਨੇ। ਕੱਲ੍ਹ ਨੂੰ ਸੁਬਹਾ 11 ਵਜੇ, ਕੱਲ੍ਹ ਨੂੰ ਸੁਬਹਾ 11 ਵਜੇ ਉਹਨਾਂ ਨੂੰ ਟਾਈਮ ਦਿੱਤਾ, ਆ ਰਹੇ ਆ। ਸਾਰੇ ਕਹਿ ਰਹੇ ਸੀ ਮੈਂ ਬੜੀ ਮੁਸ਼ਕਲ ਨਾਲ ਹਟਾਇਆ ਵੀ ਯਾਰ, ਹੁਣ ਨਾ ਉਹ ਰਾਤ ਹੋ ਗਈ, ਜਿਵੇਂ ਕੋਈ ਨੁਕਸਾਨ ਨਾ ਹੋ ਜਾਵੇ ਕਿਸੇ ਦਾ। ਕੱਲ੍ਹ ਨੂੰ ਸੁਬਹਾ 11 ਅੱਗੇ ਰਸਤਾ ਕਿਸ ਪਾਸੇ ਡਿੰਪੀ ਢਿੱਲੋਂ ਦਾ ਜਾਏਗਾ? ਕੋਈ ਪਤਾ ਨਹੀਂ, ਉਹਨਾਂ ਨੂੰ ਵਰਕਰਾਂ ਨੂੰ ਪੁੱਛ ਕੇ ਕਰੂੰਗਾ, ਉਹ ਹੀ ਦੱਸਣਗੇ ਕੀ ਕਰਨਾ। ਮੇਰਾ ਇਰਾਦਾ ਤਾਂ ਇਹ ਹੈ ਵੀ ਮੈਂ ਆਪਦਾ ਰਿਲੈਕਸ ਹੋ ਜਾਵਾਂ, ਬਸ ਦੈਟਸ ਇਟ, ਮੇਰਾ ਤਾਂ ਇਹੀ ਇਰਾਦਾ। ਹਰਦੀਪ ਸਿੰਘ, ਡਿੰਪੀ ਢਿੱਲੋਂ ਨੇ ਹਤਾਸ਼ ਨੇ ਕਹਿ ਰਿਹਾ ਕਿ ਮੈਂ ਜ਼ਿਆਦਾ ਕੁਛ ਨਹੀਂ ਬੋਲਣਾ, ਮਨ ਭਰਿਆ, ਪਰ ਅੱਗੇ ਕਿਹੜਾ ਰਸਤਾ ਹੋਏਗਾ ਉਹ ਜ਼ਰੂਰ ਸਾਂਝਾ ਕੀਤਾ ਜਾਏਗਾ। ਵਰਕਰਾਂ ਦੇ ਨਾਲ ਮੀਟਿੰਗ ਹੈ ਕੱਲ੍ਹ ਨੂੰ 11 ਵਜੇ, ਔਰ ਕੱਲ੍ਹ ਨੂੰ 11 ਵਜੇ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਅੱਗੇ ਡਿੰਪੀ ਢਿੱਲੋਂ ਅਪਣਾਉਂਦੇ ਨੇ, ਫਿਲਹਾਲ ਇਸ 'ਤੇ ਸਾਡੀ ਨਜ਼ਰ ਬਣੀ ਹੋਈ ਹੈ। ਗਿੱਦੜਬਾਹ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।